ਸਮਝੇ ਮੈਂ ਸਿਆਣਾ। ਧਨ ਪਾ ਕੇ ਜਿਹੜਾ ਸਮਝ ਲਵੇ ਕਿ ਧਨ ਇਹ ਮੇਰੇ ਪਾਸ ਸਦਾ ਰਹੇਗਾ, ਉਸ ਜਿਹੜਾ ਸੰਸਾਰ ਵਿੱਚ ਹੋਰ ਕੋਈ ਮੂਰਖ ਨਹੀਂ। ਕਿਉਂਕਿ ਸਾਹਿਬ ਆਖਦੇ ਨੇ ਇਹ ਧਨ ਕਰਤੇ ਕਾ ਖੇਲ ਹੈ। ਖੇਲ ਵਿੱਚ ਜ਼ਰੂਰੀ ਨਹੀਂ ਵੀ ਹਮੇਸ਼ਾ ਤੂੰ ਹੀ ਜਿੱਤੇਗਾ। ਦੋ ਖਿਡਾਰੀ ਖੇਲਦੇ ਹਨ, ਕਦੀ ਕੋਈ ਜਿੱਤਦਾ ਕਦੀ ਕੋਈ ਜਿੱਤਦਾ। ਔਰ ਸਮਝਦਾਰ ਉਹ ਹੈ ਜੋ ਜਿੱਤ ਉੱਤੇ ਕਦੇ ਗਰਵ ਨਹੀਂ ਕਰਦਾ ਕਿ ਮੈਂ ਜਿੱਤਿਆ ਹੈ, ਇਹ ਜਾਣੀਏ ਕੱਲ ਹਾਰੇ ਤੇ ਹਾਰ ਕੇ ਟੇਰੀਆਂ ਨਾ ਡਾ ਬਵੇ ਬਈ ਮੈਂ ਤਾਂ ਹਾਰ ਗਿਆ। ਖਬਰੇ ਜੱਟ ਬਾਅਦ ਮੁੜ ਤੇਰੀ ਜਿੱਤਣ ਦੀ ਵਾਰੀ ਹੋਵੇ। ਖਿਲਾੜੀਆਂ ਨੂੰ ਖੇਲਦਿਆਂ ਵੇਖੋ ਕਿਵੇਂ ਅਸਸ ਪਏ ਖੇਲਦੇ ਹਨ, ਪਰ ਖਿਲਾੜੀਆਂ ਨਾਲੋਂ ਵੀ ਜਿਹੜੇ ਤਮਾਸ਼ਬੀਨ ਹਨ, ਖੇਲਣ ਵਾਲਿਆਂ ਦਾ ਤਮਾਸ਼ਾ ਵੇਖਣ ਆਏ ਹਨ, ਉਹ ਹਮੇਸ਼ਾ ਖੁਸ਼ ਰਹਿੰਦੇ ਨੇ ਭਾਵੇਂ ਕੋਈ ਜਿੱਤੇ ਭਾਵੇਂ ਹਾਰੇ। ਅਜੇ ਖਿਲਾੜੀਆਂ ਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਮੈਂ ਜਿੱਤਿਆ ਹੈ ਜਾਂ ਮੈਂ ਹਾਰਿਆ ਹੈ, ਪਰ ਵੇਖਣ ਵਾਲਿਆਂ ਨੂੰ ਕਿਸੇ ਧਿਰ ਦੇ ਨਾ ਬਣ ਜਾਣ, ਕਿਸੇ ਪਾਸੇ ਦੇ ਨਾ ਹੋ ਜਾਵਣ। ਕਈ ਗਰੁੱਪ ਵੰਡੇ ਜਾਂਦੇ ਹਨ, ਉਹ ਉੱਧਰ ਹੋ ਗਿਆ ਉੱਧਰ ਹੋ ਗਿਆ, ਉਹਨਾਂ ਨੂੰ ਵੀ ਹਾਰ ਜਿੱਤ ਦਾ ਨਾਲ ਦੁੱਖ ਸੁੱਖ ਬਣਿਆ ਰਹਿੰਦਾ, ਪਰ ਜਿਹੜੇ ਸਿਰਫ ਵੇਖਣ ਵਾਸਤੇ ਆਏ ਹਨ ਉਹ ਕਿਸੇ ਪਾਸੇ ਦਾ ਖਿਲਾੜੀ ਹਿੱਟ ਲਾਏ ਉਸੇ ਨੂੰ ਤਾਲੀਆਂ ਮਾਰਦੇ, ਉਸੇ 'ਤੇ ਖੁਸ਼ ਹੁੰਦੇ ਹਨ, ਵਾਹ ਬਈ ਵਾਹ ਚੰਗੀ ਲਾਈ, ਕਿਉਂਕਿ ਉਹ ਸਿਰਫ ਖਿਲਾੜੀ ਹੈ ਔਰ ਉਹ ਵੇਖਣ ਵਾਲੇ। ਬੜਾ ਫਰਕ ਹੈ ਖਿਲਾੜੀ ਦਾ ਔਰ ਵੇਖਣ ਵਾਲਿਆਂ ਦਾ। ਜਿਹੜੇ ਤਾਂ ਆਣ ਕੇ ਖਿਲਾੜੀ ਬਣ ਖੜੋਤੇ, ਉਹ ਤਾਂ ਸੰਸਾਰ ਵਿੱਚ ਕਦੇ ਰੁੰਨੇ ਕਦੇ ਹੱਸੇ, ਪਰ ਜਿਨ੍ਹਾਂ ਨੇ ਸਿਰਫ ਤਮਾਸ਼ਾ ਦੇਖਿਆ, ਜਿਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ ਦੇਖਣ ਆਇਓ ਜਗਤ ਤਮਾਸ਼ਾ, ਉਹ ਆਪਣੇ ਬੱਚੇ ਸ਼ਹੀਦ ਕਰਾ ਕੇ ਵੀ ਪਏ ਹੱਸਦੇ ਹਨ, ਕਿਉਂਕਿ ਉਹ ਖਿਲਾੜੀ ਨਹੀਂ ਨਾ, ਉਹ ਤਾਂ ਤਮਾਸ਼ਾ ਵੇਖਣ ਆਏ ਹਨ। ਜਿੱਤ ਹਾਰ ਵਾਸਤੇ ਨਹੀਂ ਆਏ, ਉਹ ਤਾਂ ਮੈਂ ਹੂੰ ਪਰਮ ਪੁਰਖ ਤੋਂ ਦਾਸਾ, ਕਾਹਦੇ ਵਾਸਤੇ ਆਏ ਹਾਂ ਕਿ ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ਾ ਪਿਆ ਵੇਖਦਾ ਹਾਂ ਜਗਤ ਦਾ, ਕਿਵੇਂ ਜਗਤ ਦੀ ਚਾਲ ਨਿਰੰਕਾਰ ਨੇ ਚਲਾਈ ਹੈ, ਔਰ ਇਹ ਜੀਵ ਕਿਸ ਤਰ੍ਹਾਂ ਮੋਰਿਆ ਵਾਂਗੂ, ਕੋਈ ਆਖੇ ਇਸ ਫੀਲੇ ਨੇ ਮਾਰ ਲਿਆ, ਕਿਸ ਪੈਦਲ ਨੇ ਮਾਰ ਲਿਆ, ਉਹ ਚਲਾਉਣ ਵਾਲਾ ਜਾਣੇ ਉਸਨੇ ਕਿਹੜੀ ਚਾਲ ਚੱਲੀ ਹੈ। ਇਹ ਤੇ ਵਿਚਾਰੇ ਲੱਕੜੀ ਤੇ ਮਿੱਟੀ ਦੇ ਮੋਹਰੇ, ਇਹਨਾਂ ਨੂੰ ਕੀ ਪਤਾ ਵੀ ਮਰਨਾ ਕਿਸ ਤਰ੍ਹਾਂ ਹੁੰਦਾ। ਇਹ ਤੇ ਜਿਹੜੇ ਘਰ ਵਿੱਚ ਚੁੱਕ ਕੇ ਰੱਖ ਦੇਵੇ, ਉਸ ਘਰ ਤੋਂ ਅੱਗੋਂ ਫਿਰ ਪਤਾ ਲੱਗਦਾ ਕਿ ਇੱਧਰ ਸ਼ਹਿ ਜਾਂਦੀ ਹੈ ਕਿ ਉੱਧਰ ਜਾਂਦੀ। ਇਹ ਤਾਂ ਖਿਲਾਵਣ ਹਾਰ ਹੋ ਜਾਂਦੇ, ਕਾਠ ਕੀ ਪੁੱਤਰੀ ਕਹਾਂ ਕਰੇ ਬੱਪੜੀ, ਖਿਲਾਵਣ ਹਾਰ ਹੋ ਜਾਂਦੇ। ਪਰ ਕਈ ਬਾਣੀ ਪੜ੍ਹ ਕੇ ਫਿਰ ਡੀਂਗਾ ਮਾਰਦੇ, ਅਸਲ ਮਕਸਦ ਨਹੀਂ ਸਮਝਿਆ। ਬਾਬਾ ਜੀ ਦੇ ਪਾਸ ਇੱਕ ਸਾਧੂ ਆ ਗਿਆ, ਸਾਧੂ ਆਇਆ ਜਿਸ ਵੇਲੇ ਭੋਗ ਪਿਆ ਕੀਰਤਨ ਦਾ ਤੇ ਸੰਗਤ ਜਾਣ ਵਾਸਤੇ ਖੜੋਤੀ, ਬਾਬਾ ਜੀ ਨੇ ਅੰਦਰ ਜਾਣਾ ਸੰਗਤ ਨੇ ਬਾਹਰ ਜਾਣਾ, ਤੇ ਬਾਬਾ ਜੀ ਫਿਰ ਇੱਕ ਨਜ਼ਰ ਸਭ ਤੇ ਜ਼ਰੂਰ ਕਰਦੇ ਸਨ ਜਾਣ ਵੇਲੇ। ਜਿਸ ਵੇਲੇ ਉਹ ਸਾਧੂ ਨਜ਼ਰ ਵਿੱਚ ਆਇਆ ਤੇ ਆਪ ਖੜੋ ਗਏ, ਕਿਉਂਕਿ ਹਰ ਸਾਧੂ ਦਾ ਸਨਮਾਨ ਕਰਦੇ ਸਨ, ਕੋਈ ਕਿਸੇ ਵੇਖਦਾ ਵੀ ਹੋਵੇ। ਬਾਬਾ ਜੀ ਆਖਦੇ ਸਨ ਲਿਆ ਬਈ ਮਹਾਤਮਾ ਆਏ ਹਨ ਕੱਪੜਾ ਵਿਛਾ ਦਿਓ, ਕਦੇ ਨਹੀਂ ਪੁੱਛਿਆ ਵੀ ਕਿਸ ਮਤ ਦਾ ਤੇ ਕਿਸ ਮਜ਼ਹਬ ਦਾ, ਕਿਸ ਕਮਾਈ ਦਾ ਹੈ, ਕਿਸ ਮੰਜ਼ਿਲ ਦਾ ਹੈ, ਇਹ ਨਹੀਂ।
ਸਿਰਫ ਸਾਧ ਵੇਖ ਵਿੱਚ ਜਾਣ ਕੇ ਉਸਨੂੰ ਆਦਰ ਦੇਣਾ, ਸਨਮਾਨ ਦੇਣਾ, ਇਹ ਨਹੀਂ ਵੀ ਉਹਦੀ ਪੱਗ ਲਾ ਲੈਣੀ, ਹਰ ਇੱਕ ਨਾਲ ਚੁੰਝ ਲੜਾਈ ਰੱਖਣੀ ਬਈ ਤੂੰ ਵੱਡਾ ਕਿ ਮੈਂ ਵੱਡਾ। ਇਹ ਕੰਮ ਉਹ ਕਰਦੇ ਹਨ ਜਿਨ੍ਹਾਂ ਨੂੰ ਆਪਣੀ ਵਡਿਆਈ 'ਤੇ ਹਮੇਸ਼ਾ ਸ਼ੱਕ ਰਹਿੰਦਾ, ਜਿਨ੍ਹਾਂ ਨੂੰ ਆਪਣੀ ਵਡਿਆਈ ਕਦੇ ਪ੍ਰਤੀਤ ਨਹੀਂ ਹੋਈ ਕਿ ਅਸੀਂ ਸੱਚਮੁੱਚ ਕਿੱਥੇ ਹਾਂ। ਉਹ ਆਪਣਿਆਂ ਖਿਆਲਾਂ ਨਾਲ ਕਦੇ ਉੱਚੇ ਬਣ ਜਾਂਦੇ ਹਨ, ਆਪਣਿਆਂ ਖਿਆਲਾਂ ਨਾਲ ਕਦੇ ਨੀਵੇਂ ਗਿਰ ਜਾਂਦੇ ਹਨ। ਪਰ ਜਿਨ੍ਹਾਂ ਨੂੰ ਵਡਿਆਈ ਪਾਤਸ਼ਾਹ ਨੇ ਬਖਸ਼ੀ ਹੁੰਦੀ ਹੈ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ, ਸੱਚਾ ਸੁੱਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ, ਜਿਸ ਦੇ ਉਹ ਹੁੰਦੇ ਹਨ ਜਦੋਂ ਉਸ ਨੂੰ ਜਾਣ ਲੈਂਦੇ ਹਨ ਤਾਂ ਉਹਨਾਂ ਦੀ ਵਡਿਆਈ ਸੱਚੀ ਔਰ ਉਹਨਾਂ ਦਾ ਸੁੱਖ ਅਮਰ ਹੋ ਜਾਂਦਾ। ਉਹਨਾਂ ਨੂੰ ਫਿਰ ਕਿਸੇ ਨਾਲ ਇਹ ਚੁੰਝਾਂ ਲੜਾਉਣ ਦੀ ਲੋੜ ਨਹੀਂ ਪੈਂਦੀ, ਵੱਡਾ ਛੋਟਾ ਨਿਰਣਾ ਕਰਨ ਦੀ ਜ਼ਰੂਰਤ ਹੀ ਨਹੀਂ। ਉਹ ਸਭ ਨੂੰ ਆਦਰ ਦਿੰਦੇ ਹਨ, ਸਭ ਨਾਲ ਪਿਆਰ ਕਰਕੇ ਵਰਤਦੇ ਹਨ, ਆਪ ਜਿਸ ਮੰਜ਼ਿਲ 'ਤੇ ਹੁੰਦੇ ਹਨ ਉੱਥੇ ਹੀ ਰਹਿੰਦੇ ਹਨ। ਸਾਧ ਸਿੰਘ ਬੋਲੋ ਸ੍ਰੀ ਵਾਹਿਗੁਰੂ। ਹਰ ਇੱਕ ਨੂੰ ਸਨਮਾਨ ਦੇਣਾ, ਪਿਆਰ ਕਰਨਾ। ਮਹਾਤਮਾ ਜਾਣ ਕੇ ਖੜੋ ਗਏ ਅਤੇ ਪਿਆਰ ਵਿੱਚ ਪੁੱਛਿਆ, ਸੁਣਾਓ ਮਹਾਰਾਜ ਕਿੱਧਰੋਂ ਦਰਸ਼ਨ ਦਿੱਤੇ ਔਰ ਹੁਣ ਕਿੱਧਰ ਜਾਣ ਦਾ ਫੁਰਨਾ, ਇੱਥੇ ਰਹੋਗੇ ਕਿ ਜਾਓਗੇ? ਮਤਲਬ ਕੀ ਬਈ, ਜੇ ਇੱਥੇ ਰਹਿਣੇ ਤਾਂ ਸੇਵਕਾਂ ਨੂੰ ਆਖੀਏ ਵੀ ਤੁਹਾਡੀ ਸੇਵਾ ਸੰਭਾਲਣ, ਅਤੇ ਜੇ ਤੁਸੀਂ ਜਾਣਾ ਹੋਵੇ ਕੋਈ ਕੰਮ ਜ਼ਰੂਰੀ ਹੋਵੇ ਤਾਂ ਫਿਰ ਖੁਸ਼ੀ ਹੈ ਤੁਹਾਡੀ। ਉਹ ਅੱਗੋਂ ਸਿਰਫ ਪੜ੍ਹਨ ਵਾਲੇ ਸਨ, ਕਹਿੰਦੇ ਨੇ ਜੀ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਮਨ ਹਾਰੋ ਜਾਣੈ, ਅਸੀਂ ਤੇ ਕਾਠ ਦੀਆਂ ਪੁਤਲੀਆਂ, ਸਾਨੂੰ ਕਿਆ ਪਤਾ ਅਸੀਂ ਕਿੱਧਰੋਂ ਆਏ ਹਾਂ ਕਿੱਧਰ ਜਾਣਾ, ਇਹ ਤੇ ਉਸ ਵਾਹਿਗੁਰੂ ਨੂੰ ਪਤਾ ਹੈ ਵੀ ਅੱਗੋਂ ਉਸਨੇ ਕੀ ਕਰਨਾ। ਬਾਬਾ ਜੀ ਅਸੇ ਤੇ ਕਹਿਣ ਲੱਗੇ, ਆਖਣ ਲੱਗੇ, ਮਹਾਰਾਜ ਸੰਤ ਜੀ ਜਿਸ ਮੰਜ਼ਿਲ 'ਤੇ ਕੋਈ ਹੋਵੇ ਨਾ ਗੱਲ ਉੱਥੋਂ ਦੀ ਕਰੇ। ਅਸੀਂ ਸਧਾਰਨ ਬਾਤ ਪੁੱਛੀ ਆ ਵੀ ਕਿੱਧਰੋਂ ਆਇਓ ਅਤੇ ਕਿੱਧਰ ਚੱਲੇ ਹੋ, ਇਹ ਗਿਆਨ ਘੋਟਣ ਦੀ ਕੀ ਲੋੜ ਹੈ? ਅਕੇ ਜੀ ਫਿਰ ਗਿਆਨ ਬਾਣੀ ਵਿੱਚ ਗੁਰੂ ਨੇ ਦਿੱਤਾ ਜੋ ਸਹੀ, ਕੌਣ ਘੋਟੇਗਾ ਜੀ ਅਸੀਂ ਨਾ ਘੋਟਾਂਗੇ? ਉਸਦਾ ਮਤਲਬ ਵੀ ਹੁਣ ਜੇ ਗੱਲ ਚੱਲੀ ਹੈ ਤੇ ਨਿਰਣਾ ਕਰ ਲਈਏ ਵੀ ਅਸੀਂ ਵੀ ਕੁਝ ਹਾਂ। ਬਾਬਾ ਜੀ ਕਹਿਣ ਲੱਗੇ, ਸੰਤ ਜੀ ਕਾਠ ਕੀ ਪੁੱਤਰੀ ਬਣਨਾ ਬੜਾ ਔਖਾ ਹੈ, ਦਿਖਾਈਏ ਕਾਠ ਕੀ ਪੁੱਤਰੀ ਕੀ ਹੁੰਦੀ ਹੈ। ਹੱਥ ਵਿੱਚ ਸੀ ਸੋਟੀ, ਸੋਟੀ ਦੇ ਥੱਲੇ ਲੱਗੀ ਸੀ ਨੋਕ, ਕਿਉਂਕਿ ਜਿੱਥੇ ਖੜਾਉਂਦੇ ਸਨ ਉਹ ਜ਼ਮੀਨ ਵਿੱਚ ਸੋਟੀ ਗੱਡ ਛੱਡਦੇ ਸਨ, ਇਸ ਵਾਸਤੇ ਨੋਕ ਲਾਈ ਹੋਈ ਸੀ। ਬਾਬਾ ਜੀ ਨੇ ਸੋਟੀ ਜ਼ੋਰ ਨਾਲ ਜ਼ਮੀਨ ਵਿੱਚ ਮਾਰੀ ਅਤੇ ਸੋਟੀ ਖੜੋ ਗਈ। ਬਾਬਾ ਜੀ ਕਹਿਣ ਲੱਗੇ, ਸੰਤ ਜੀ ਇਹ ਹੁਣ ਕਾਠ ਕੀ ਪੁੱਤਰੀ ਹੈ, ਇਹਨੂੰ ਗੱਡ ਦਿੱਤਾ ਭਾਵੇਂ ਦੋ ਦਿਨ ਨਾ ਕੱਢੋ, ਇਹ ਹੁਣ ਖੜੋਤੀ ਹੈ, ਜਿੱਦਣ ਇਸਨੂੰ ਚੁੱਕਾਂਗੇ ਤਾਂ ਆਵੇਗੀ, ਨਹੀਂ ਚੁੱਕਾਂਗੇ ਤਾਂ ਖੜੋਤੀ ਹੈ। ਇਹ ਹੈ ਕਾਠ ਕੀ ਪੁੱਤਰੀ, ਜੇ ਤਾਂ ਇਹੋ ਜਿਹੇ ਬਣ ਗਏ ਹੋਵੇ ਨਿਰੰਕਾਰ ਦੀ ਰਜਾ, ਜੇ ਚੁੱਕ ਕੇ ਲੈ ਜਾਏਗਾ ਤਾਂ ਉਹਦੀ ਮਰਜ਼ੀ, ਜੇ ਨਾ ਲੈ ਜਾਏਗਾ ਤਾਂ ਪਏ ਹਨ, ਤਾਂ ਤੇ ਗੱਲ ਹੈ ਹੋਰ। ਤੇ ਜੇ ਮਨ ਵਿੱਚ 100 ਸੰਕਲਪ ਤੇ ਫੁਰਨੇ ਹਨ, ਅੱਜ ਮੈਂ ਉੱਧਰ ਜਾਣਾ, ਕੱਲ ਮੈਂ ਉੱਧਰ ਜਾਣਾ, ਅੱਜ ਪ੍ਰਸ਼ਾਦਾ ਫਲਾਣੇ ਦੇ ਘਰ ਛਕਣਾ, ਫਲਾਣੇ ਪ੍ਰੇਮੀ ਨੇ ਦਰਸ਼ਨ ਕਰਨ ਵਾਸਤੇ ਆਉਣਾ, ਤਾਂ ਕਾਹਦੀ ਕਾਠ ਦੀ ਪੁੱਤਰੀ ਹੋਈ? ਅੰਦਰ ਤੇ ਸੰਕਲਪ ਵਿਕਲਪ। ਬਾਬਾ ਜੀ ਤਾਂ ਮੌਨਧਾਰੀ ਨੂੰ ਵੀ ਇਹੀ ਕਹਿੰਦੇ ਸਨ ਵੀ ਜਵਾਨ ਦਾ ਮੌਨ ਕੀਤਾ ਹੀ, ਮਨ ਨੇ ਮੌਨ ਕੀਤਾ ਕਿ ਨਹੀਂ ਕੀਤਾ? ਕਿਉਂਕਿ ਸਾਡੀ ਤਾਂ ਖੇਡ ਮਨ ਦੀ ਹੈ, ਮਨ ਦੀ, ਮਨ ਕਰਕੇ ਹੀ ਇਹ ਸੰਸਾਰ ਬਣੇ ਤੇ ਮਨ ਕਰਕੇ ਹੀ ਬਿਨਸਣ ਹੈ। ਸਾਧ ਸਿੰਘ ਬੋਲੋ ਸ੍ਰੀ ਸਪਤਰਿਖੀ ਬੈਠੇ ਸਨ, ਧਿਆਨ ਮਗਨ ਗੋਲਦਾਰੇ ਵਿੱਚ। ਇੰਦਰ ਆਇਆ, ਉਹਨੇ ਵੇਖਿਆ
ਕਿਤੇ ਮੇਰਾ ਰਾਜ ਨਾ ਲੈ ਲੈਣ। ਸਭ ਕਿਸੇ ਨੂੰ ਫਿਕਰ ਪੈਂਦਾ, ਏਡੀ ਤਪੱਸਿਆ ਕਰ ਰਹੇ ਹਨ, ਬਲਾ ਪ੍ਰੀਖਿਆ ਕਰਾਂ, ਸੱਚਮੁੱਚ ਦੀ ਤਪੱਸਿਆ ਹੋ ਰਹੀ ਹੈ ਕਿ ਅਜੇ ਫਰਕ ਹੈ। ਉਸਨੇ ਇੱਕ ਅੰਮ੍ਰਿਤ ਫਲ ਲਿਆ ਕੇ ਉਹਨਾਂ ਦੇ ਵਿਚਾਲੇ ਰੱਖ ਦਿੱਤਾ। ਇੱਕ ਰਿਸ਼ੀ ਦੀ ਅੱਖ ਖੁੱਲੀ, ਉਹਨੇ ਦੇਖਿਆ ਅੰਮ੍ਰਿਤ ਫਲ ਪਿਆ, ਪਰ ਪਿਆ ਰਹੇ ਬਈ ਮੈਨੂੰ ਕੀ। ਉਹਨੇ ਫਿਰ ਅੱਖਾਂ ਮੀਟ ਲਈਆਂ, ਦੂਜੇ ਦੀ ਅੱਖ ਖੁੱਲੀ, ਅੰਮ੍ਰਿਤ ਫਲ ਉਹਨੇ ਵੀ ਦਿੱਤਾ। ਇਸੇ ਤਰ੍ਹਾਂ ਵਾਰੀ ਵਾਰੀ ਉਹ ਅੰਮ੍ਰਿਤ ਫਲ ਸੱਤਾਂ ਨੇ ਦੇਖਿਆ, ਤੇ ਜਿਸ ਵੇਲੇ ਸੱਤਾਂ ਨੇ ਵੇਖ ਲਿਆ ਤਾਂ ਇੰਦਰ ਨੇ ਉਹ ਫਲ ਚੁੱਕ ਲਿਆ, ਲੁਕ ਕੇ ਬਹਿ ਗਿਆ। ਜਿਸ ਵੇਲੇ ਸਾਰਿਆਂ ਦੀ ਸਮਾਧੀ ਖੁੱਲੀ ਤੇ ਹਰ ਇੱਕ ਦੀ ਨਿਗਾਹ ਸਭ ਤੋਂ ਪਹਿਲੇ ਉੱਥੇ ਗਈ ਜਿੱਥੇ ਅੰਮ੍ਰਿਤ ਫਲ ਪਿਆ ਸੀ, ਤੇ ਵੇਖਦਿਆਂ ਜਿਸ ਵੇਲੇ ਅੱਖ ਦੇ ਸਾਹਮਣੇ ਅੰਮ੍ਰਿਤ ਫਲ ਨਾ ਆਇਆ ਤਾਂ ਹਰ ਇੱਕ ਨੂੰ ਇਹੀ ਸੰਸਾ ਪੈ ਗਿਆ ਵੀ ਇਹ ਖਾ ਗਿਆ ਹੋਣਾ, ਉਹਨੇ ਸਮਝਿਆ ਵੀ ਇਹ ਖਾ ਗਿਆ ਹੋਣਾ। ਇਸੇ ਤਰ੍ਹਾਂ ਸੱਤਾਂ ਨੂੰ ਸੱਤਾਂ ਉੱਤੇ ਸੰਸਾ ਪੈ ਗਈ। ਆਪਣਾ ਤਾਂ ਸਭ ਨੂੰ ਪਤਾ ਸੀ ਵੀ ਮੈਂ ਨਹੀਂ ਖਾਧਾ, ਲੇਕਿਨ ਦੂਜੇ ਦਾ ਪਤਾ ਨਹੀਂ ਸੀ। ਇਸ ਵਾਸਤੇ ਸਭ ਕੋਈ ਦੂਜੇ ਨੂੰ ਪਿਆ ਚੋਰ ਸਮਝੇ, ਇਹ ਖਾ ਗਿਆ ਇਹ ਖਾ ਗਿਆ, ਉਹਨਾਂ 'ਚ ਬੜਾ ਫਰਕ ਪੈ ਗਿਆ। ਜਿਸ ਵੇਲੇ ਮਨ ਵਿੱਚ ਕੋਈ ਖਿਆਲ ਆ ਜਾਏ, ਕੋਈ ਭਟਕਣਾ ਆ ਜਾਏ, ਕੋਈ ਚਿੰਤਾ ਆ ਜਾਏ, ਮਨ ਦਾ ਉਹ ਰੰਗ ਢੰਗ ਹੀ ਨਹੀਂ ਰਹਿੰਦਾ। ਅੱਜ ਸਾਰਾ ਦਿਨ ਆਪਸ ਵਿੱਚ ਕੋਈ ਨਹੀਂ ਬੋਲੇ। ਅਖੀਰ ਇੱਕ ਸਿਆਣਾ ਸੀ, ਉਹਨੇ ਆਖਿਆ ਨਿਰਣਾ ਤਾਂ ਕਰੀਏ ਬਈ, ਖਾ ਕੌਣ ਗਿਆ, ਕਿਉਂਕਿ ਸੱਤ ਜਣੇ ਹਾਂ। ਉਹਨੇ ਇੱਕ ਨੂੰ ਚਾ ਪੁੱਛਿਆ ਬਈ ਅੰਮ੍ਰਿਤ ਫਲ ਇੱਥੇ ਪਿਆ ਸੀ, ਉਹਨੇ ਆਖਿਆ ਵੇਖਿਆ ਤਾਂ ਮੈਂ ਵੀ ਸੀ ਪਰ ਇਹ ਨਾਲ ਦਾ ਖਾ ਗਿਆ ਉਹਨੇ। ਉਹਨੇ ਆਖਿਆ ਐਵੇਂ ਸੰਸਾ ਨਾ ਕਰੀਏ, ਇਹਨੂੰ ਪੁੱਛ ਲਈਏ। ਉਹਨੂੰ ਚਾ ਪੁੱਛਿਆ, ਉਹਨੇ ਆਖਿਆ ਵੀ ਵੇਖਿਆ ਤਾਂ ਮੈਂ ਵੀ ਹੈ ਪਰ ਮੈਂ ਨਹੀਂ ਖਾਧਾ, ਇਹ ਨਾਲ ਦਾ ਖਾ ਗਿਆ ਉਹਨੇ। ਇਸ ਵੇਲੇ ਸੱਤਾਂ ਨੂੰ ਵਾਰੀ ਵਾਰੀ ਪੁੱਛ ਲਿਆ ਆਪਸ ਵਿੱਚ ਤੇ ਕਿਸੇ ਵੀ ਨਾ ਮੰਨਿਆ ਵੀ ਮੈਂ ਖਾਧਾ, ਤਾਂ ਫਿਰ ਆਖਣ ਲੱਗੇ ਗਿਆ ਕਿੱਦਾਂ, ਫਿਰ ਇਹ ਫਲ ਕੌਣ ਲੈ ਗਿਆ। ਪਹਿਲਾਂ ਇਹ ਵੀ ਚਾ ਨਿਰਣਾ ਕਰੋ ਬਈ ਇਹ ਆਇਆ ਕਿੱਥੋਂ ਤੇ ਫਿਰ ਲੈ ਕੌਣ ਗਿਆ, ਇਸਨੇ ਰੱਖਿਆ। ਮਹਾਤਮਾ ਕੇ ਪ੍ਰਸਾਦ ਸਭ ਕੋਈ ਲਿਆ ਕੇ ਰੱਖ ਸਕਦਾ, ਪਰ ਜਿਹਨੇ ਚੁੱਕ ਲਿਆ ਬਈ ਉਸਨੇ ਬੜੀ ਨਿਰਾਦਰੀ ਕੀਤੀ। ਮਹਾਤਮਾ ਦੇ ਅੱਗੋਂ ਪ੍ਰਸਾਦ ਆਪੇ ਚੁੱਕ ਲੈਣਾ ਇਹ ਤਾਂ ਬੜੀ ਨਿਰਾਦਰੀ ਹੈ। ਜਿਹਨੇ ਫਿਰ ਇਹ ਚੁੱਕਿਆ ਉਹਨੂੰ ਸਰਾਪ ਦੇਈਏ ਰਲ ਕੇ। ਸੱਤੇ ਜਿਸ ਵੇਲੇ ਸਰਾਪ ਦੇਣ ਲੱਗੇ ਤਾਂ ਇੰਦਰ ਕੰਬ ਗਿਆ ਤੇ ਹੱਥ ਜੋੜ ਕੇ ਸਾਹਮਣੇ ਆ ਗਿਆ, ਲਓ ਮਹਾਰਾਜ ਇਹ ਅੰਮ੍ਰਿਤ ਫਲ ਹੈ, ਮੈਂ ਹੀ ਰੱਖਿਆ ਸੀ ਤੇ ਮੈਂ ਹੀ ਚੁੱਕਿਆ। ਤੂੰ ਰੱਖਿਆ ਕਿਉਂ ਜੇ ਚੁੱਕਣਾ ਸੀ ਤਾਂ, ਤੇ ਜੇ ਰੱਖ ਬੈਠਾ ਤਾਂ ਮੁੜ ਚੁੱਕਿਆ ਕਿਉਂ, ਨਿਰਾਦਰੀ ਕਿਉਂ ਕੀਤੀ ਮਹਾਤਮਾ ਦੀ। ਉਹਨੇ ਆਖਿਆ ਮਹਾਰਾਜ ਮੈਂ ਤਾਂ ਤੁਹਾਡੀ ਬਿਰਤੀ ਵੇਖਣ ਵਾਸਤੇ ਆਇਆ ਸਾਂ, ਭਲਾ ਕਿਤਨੀ ਕੁ ਬਿਰਤੀ ਹੈ ਇਹਨਾਂ ਦੀ। ਮੈਂ ਫਲ ਰੱਖਿਆ ਤੇ ਮੁੜ ਚੁੱਕ ਲਿਆ ਤੇ ਤੁਹਾਡੀ ਬਿਰਤੀ ਦਾ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਉਸ ਫਲ ਪਿੱਛੇ ਪੈ ਝਗੜਦੇ ਹੋ ਇੱਕ ਦੂਜੇ ਨਾਲ, ਖਬਰੇ ਇਹ ਖਾ ਗਿਆ ਕਿ ਖਬਰੇ ਉਹ ਖਾ ਗਿਆ। ਉਹਨੇ ਆਖਿਆ ਵੀ ਤੂੰ ਸਾਡੀ ਬਿਰਤੀ ਫਿਰ ਖਰਾਬ ਕਰਨ ਵਾਲਾ ਹੋਇਆ ਨਾ, ਤਾਂ ਵੀ ਤੈਨੂੰ ਸਰਾਪ ਦਿੰਦੇ। ਤੂੰ ਫਲ ਲਿਆ ਕੇ ਰੱਖਿਆ ਕਿਉਂ ਜੋ ਸਾਡੀ ਬਿਰਤੀ ਖਰਾਬ ਹੋਈ। ਇੰਦਰ ਨੇ ਹੱਥਾਂ ਜੋੜੇ, ਮਹਾਰਾਜ ਜੇ ਸਰਾਪ ਦੇਣਾ ਜੇ ਤਾਂ ਫਿਰ ਆਪਣੀ ਬਿਰਤੀ ਨੂੰ ਦਿਓ ਨਾ, ਆਪਣੇ ਮਨ ਨੂੰ ਦਿਓ ਨਾ। ਫਲ ਪਿਆ ਰਵੇ ਕਿ ਭਾਵੇਂ ਕੋਈ ਚੁੱਕ ਲਵੇ, ਤੁਸੀਂ ਨਾਮ ਪੈ ਜਪਦੇ ਸੀ, ਤੁਹਾਨੂੰ ਕੀ। ਜਰਾ ਜਿਸ ਦੀ ਅੱਖ ਖੁੱਲੀ ਤਾਂ ਫਲ ਭਾਵੇਂ ਉਸਨੇ ਬਾਹਰ ਵੇਖਿਆ, ਪਰ ਅੱਖ ਫਲ ਨੂੰ ਅੰਦਰ ਮਨ ਦੇ ਕੋਲ ਲੈ ਗਈ, ਔਰ ਪਿੱਛੋਂ ਵੀ ਯਾਦ ਰਿਹਾ ਇੱਥੇ ਫਲ ਪਿਆ ਸੀ।
ਮਹਾਰਾਜ ਮਨ ਕਿੱਥੇ ਲਾਇਆ ਸੀ, ਫਲ ਤੇ ਲਾਇਆ ਸੀ ਕਿ ਆਪਣੇ ਗੁਰੂ ਦੇ ਚਰਨਾਂ ਨਾਲ ਲਾਇਆ ਸੀ? ਤੇ ਜੇ ਤੁਸੀਂ ਆਪਣੇ ਮਨ ਚੋਂ ਇੱਕ ਫਲ ਨੂੰ ਨਹੀਂ ਕੱਢ ਸਕੇ ਤਾਂ ਆਪਣੇ ਮਨ ਚੋਂ ਸੰਸਾਰ ਨੂੰ ਕਿਵੇਂ ਕੱਢ ਲਓਗੇ? ਉਹਨਾਂ ਸੱਤਾਂ ਨੂੰ ਬੜੀ ਸ਼ਰਮ ਆਈ, ਆਖਣ ਲੱਗੇ ਵੀ ਗੱਲ ਠੀਕ ਹੈ, ਅਸੀਂ ਤਾਂ ਆਪਣੇ ਮਨ ਨੂੰ ਸਾਧਨਾ ਸੀ, ਕੁਝ ਪਿਆ ਹੋਵੇ ਕੁਝ ਕੋਈ ਲੈ ਜਾਵੇ ਸਾਨੂੰ ਕੀ, ਚੀਜ਼ ਕੋਈ ਸਾਡੀ ਤਾਂ ਨਹੀਂ ਸੀ। ਅਸੀਂ ਵਾਰ ਵਾਰ ਸੋਚਾਂ ਕਰਦੇ ਪਦਾਰਥ ਵਿੱਚ ਕਿੱਡਾ ਦੋਖ ਹੈ ਵੀ ਸਾਹਮਣੇ ਆਇਆ ਨਹੀਂ ਕਿ ਸੱਤਾਂ 'ਚ ਫਰਕ ਪੈ ਗਿਆ ਔਰ ਮੁੜ ਮਨ ਲੱਗਾ ਹੀ ਨਹੀਂ। ਤੇ ਵਾਕਿਨ ਸਿਰਫ ਪਦਾਰਥ 'ਚ ਨਹੀਂ, ਇਸ ਸੰਸਾਰ ਵਿੱਚ ਇਹ ਸਾਰਾ ਦੋਸ਼ ਹੈ। ਸਾਧ ਸੰਗਤ ਬੋਲੋ ਸ੍ਰੀ ਵਾਹ। ਜਿਹੜੀ ਸ਼ਹਿਰ 'ਤੇ ਜ਼ਰਾ ਉਮੀਦ ਵੀ ਹੋ ਜਾਏ ਨਾ ਵੀ ਇਹ ਮੈਂ ਲੈਣੀ ਹੈ ਅਤੇ ਲੈ ਕੋਈ ਹੋਰ ਜਾਵੇ, ਸਾਡਾ ਆਪਸ ਵਿੱਚ ਗੁੱਸਾ ਹੋ ਜਾਂਦਾ। ਕਿਸੇ ਦੀ ਬੋਲੀ 'ਤੇ ਕੋਈ ਬੋਲੀ ਦੇ ਕੇ ਚੀਜ਼ ਲੈ ਜਾਏ ਤਾਂ ਵੀ ਲੜਾਈ ਪੈ ਗਈ, ਕਿਉਂਕਿ ਸਾਡੇ ਮਨ ਸੰਸਾਰ ਵਿੱਚ ਰਚੇ ਹਨ। ਇਸ ਮਨ 'ਚੋਂ ਬਈ ਸੰਸਾਰ ਨੂੰ ਕੱਢਣਾ। ਤਾਂ ਬਾਬਾ ਜੀ ਕਹਿਣ ਲੱਗੇ, ਜੇ ਤਾਂ ਸੰਸਾਰ ਮਨ 'ਚੋਂ ਨਿਕਲ ਗਿਆ ਫਿਰ ਤਾਂ ਬਣ ਗਿਆ ਕਾਠ ਕੀ ਪੁੱਤਰੀ। ਜਿਵੇਂ ਵਾਹਿਗੁਰੂ ਨੇ ਖਿਲਾਇਆ ਇਹ ਮਨ ਤਿਵੇਂ ਖੇਲਿਆ, ਆਪਾਂ ਇਸਨੇ ਕੁਛ ਨਹੀਂ ਕੀਤਾ। ਤੇ ਜੇ ਫਿਰ ਕੁਝ ਵੀ ਸੰਕਲਪ ਹੈ ਮਨ ਵਿੱਚ ਤੇ ਫਿਰ ਸੰਤ ਜੀ ਕਾਠ ਕੀ ਪੁੱਤਰੀ ਨਹੀਂ, ਤੁਸੀਂ ਉਹ ਪੈਰਾਂ 'ਤੇ ਡਿੱਗ ਪਿਆ। ਸੱਚੀ ਗੱਲ ਹੈ ਮਹਾਰਾਜ, ਅਸੀਂ ਤਾਂ ਬਾਣੀ ਪੜ੍ਹ ਛੱਡਦੇ ਹਾਂ, ਅੱਜ ਤੱਕ ਇਹ ਨਿਰਣਾ ਨਹੀਂ ਸੀ ਹੋਇਆ। ਅੰਦਰ ਬੜੇ ਸੰਕਲਪ ਰਹਿੰਦੇ ਨੇ, ਉੱਤੋਂ ਕਹਿੰਦੇ ਹਾਂ ਜੀ ਜਿਵੇਂ ਵਾਹਿਗੁਰੂ ਦੀ ਮਰਜ਼ੀ। ਵਾਹਿਗੁਰੂ ਦੀ ਮਰਜ਼ੀ ਉਸ ਵੇਲੇ ਵਰਤੇ ਜਿਸ ਵੇਲੇ ਜਵਾਨ ਪੁੱਤਰ ਮਰ ਜਾਵੇ, ਤੇ ਮੁੜ ਵੀ ਚਾਖੇ ਵਾਹਿਗੁਰੂ ਦੀ ਮਰਜ਼ੀ ਤੇ ਅੱਖ ਵਿੱਚ ਅਥਰੂ ਨਾ ਆਵੇ ਤਾਂ ਤੂੰ ਖਿਲਾੜੀ ਨਹੀਂ, ਤੂੰ ਸਿਰਫ ਤਮਾਸ਼ਬੀਨ ਹੈ। ਤੂੰ ਫਿਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਤੂੰ ਵੀ ਤਮਾਸ਼ਾ ਹੀ ਵੇਖਣ ਵਾਸਤੇ ਆਏ। ਸਾਧ ਸੰਗਤ ਬੋਲੋ ਸ੍ਰੀ ਵਾਹ। ਤਾਂ ਸਾਨੂੰ ਹਜ਼ੂਰ ਨੇ ਤਮਾਸ਼ਬੀਨ ਬਣਾਇਆ, ਜਗਤ ਦਾ ਤਮਾਸ਼ਾ ਵੇਖੋ, ਵੇਖੋ ਇਹ ਜਗਤ ਕੀ ਪਿਆ ਕਰਦਾ ਹੈ। ਜਗਤ ਦਾ ਤਮਾਸ਼ਾ ਵੇਖ ਕੇ ਸਾਹਿਬ ਨੇ ਆਖਿਆ, ਐਸਾ ਜਗ ਦੇਖਿਆ ਜਵਾਰੀ, ਇਹ ਸਭ ਸੁੱਖ ਮੰਗੇ ਨਾਮ ਵਿਸਾਰੀ। ਮੰਗਦਾ ਸਾਰੇ ਸੁੱਖ ਹੈ, ਮੈਨੂੰ ਆਹ ਵੀ ਮਿਲੇ ਮੈਨੂੰ ਉਹ ਵੀ ਮਿਲੇ, ਪਰ ਸੁੱਖਾਂ ਦੇ ਦਾਤੇ ਨੂੰ ਨਹੀਂ ਸਿਮਰਦਾ, ਸੁੱਖਾਂ ਦੇ ਦਾਤੇ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਕਿ ਜੇ ਸੁੱਖਾਂ ਦਾ ਦਾਤਾ ਅੰਦਰ ਆ ਜਾਏਗਾ ਸਾਰੇ ਸੁੱਖ ਆਪੇ ਹੀ ਆ ਜਾਣਗੇ। ਅਤੇ ਸੁੱਖ ਕੋਈ ਪਦਾਰਥਾਂ ਵਿੱਚ ਤਾਂ ਨਹੀਂ, ਸੁੱਖ ਤਾਂ ਵਾਹੀ ਬਿਰਤੀ ਵਿੱਚ ਹਨ। ਜੇ ਬਿਰਤੀ ਸੁੱਖ ਰੂਪ ਹੋ ਗਈ ਤਾਂ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਬੁੱਖ ਦੇ ਤਾਂ ਇਤ ਹੀ ਰੱਜਾ, ਦੁੱਖ ਵਿੱਚ ਸੁੱਖ ਮਨਾ। ਇਸ ਵਾਸਤੇ ਸਾਹਿਬ ਸੰਸਾਰ ਦਿਖਾ ਰਹੇ ਹਨ, ਕਿਤੇ ਤੇਰੇ ਮਨ ਵਿੱਚ ਸੰਸਾਰ ਨਾ ਵਸ ਜਾਏ। ਇਸ ਵਾਸਤੇ ਮੂਰਖ ਮਨ ਕਾਹੇ ਕਰਸੇ ਮਨ, ਕੁਛ ਪਾ ਲਵੇਗਾ ਤਾਂ ਮਨ ਕਰੇਗਾ ਨਾ ਮੈਂ ਕੁਝ ਪਾਇਆ, ਪਰ ਇਹ ਤਾਂ ਕਰਤੇ ਕਾ ਖੇਲ ਹੈ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹੇ ਸਮਾਏ। ਜੋ ਗਿਆਨਵਾਨ ਪੁਰਖ ਹਨ ਉਹਨਾਂ ਦਾ ਧਨ ਜੋ ਹੈ ਉਹ ਹੈ ਨਾਮ, ਜੋ ਸਦਾ ਸਮਾਇਆ ਰਹਿੰਦਾ ਅੰਦਰ, ਇੱਕ ਵਾਰੀ ਆ ਜਾਵੇ ਤੇ ਮੁੜ ਛੋੜ ਕੇ ਨਹੀਂ ਜਾਂਦਾ। ਇਹ ਜਿਹੜਾ ਦੁਨੀਆਂ ਦਾ ਧਨ ਹੈ ਇਸ ਦਾ ਕੋਈ ਪਤਾ ਨਹੀਂ, ਚੌਥੀ ਪੀੜ੍ਹੀ ਤਾਂ ਸਭ ਕੋਈ ਕੰਗਾਲ ਹੋ ਜਾਂਦਾ। ਪਿਓ ਨੇ ਕਿਤਨਾ ਜੋੜਿਆ ਹੋਵੇ, ਅੱਗੋਂ ਪੁੱਤਰ ਫਿਰ ਪੋਤਰਾ ਤੇ ਫਿਰ ਅੱਗੋਂ ਪੜੋਤਰਾ, ਉਹਨੇ ਚਿਰ ਤੱਕ ਇਹ ਧਨ ਟਿਕਿਆ ਨਹੀਂ ਰਹਿੰਦਾ, ਇਹ ਕਈ ਵਾਰੀ ਆਉਂਦਾ ਤੇ ਕਈ ਵਾਰੀ ਚਲਾ ਜਾਂਦਾ। ਸਿਆਣੀਆਂ ਨੂੰ ਸਮਝ ਹੈ ਕਿ ਜਿਹੜਾ ਧਨ ਮੇਰੀ ਜੇਬ ਵਿੱਚ ਹੈ ਇਹ ਕਿਤੋਂ ਆਇਆ ਹੀ ਹੈ ਨਾ, ਤਾਂ ਹੀ ਇੱਥੇ ਇਕੱਠਾ ਹੋਇਆ, ਤੇ ਜੇ ਇਹ ਆ ਸਕਦਾ ਤੇ ਇਹ ਕਿਸੇ ਵੇਲੇ ਜਾ ਵੀ ਸਕਦਾ। ਤਾਂ ਸਹਿਬ ਆਖਦੇ ਨਾ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨ ਸਹਿ ਉਹ ਮਨ ਪਛਤਾਵੇ, ਇਹ ਜੋ ਦੀ ਸਹਿ ਸੋ ਚਾਲਨ ਹਾਰ,
ਲਪਟ ਦੇ ਹੋ ਤੈਂ ਅੰਧ ਅੰਧਾਰ, ਪਟਾਰੂ ਸਿਉ ਜੋ ਲਾਵੇ ਲਿਹੇ, ਤਾਂ ਕੋ ਹਾਥ ਨਾ ਆਵੇ ਕਿਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਪਰਮੇਸ਼ਵਰ ਦੇ ਨਾਮ ਦੀ ਪ੍ਰੀਤ ਸਦਾ ਸੁਖਦਾਈ ਹੈ, ਇਸ ਵਾਸਤੇ ਸੰਸਾਰ ਨੂੰ ਅੰਦਰੋਂ ਕੱਢ ਕੇ ਜਪ ਸ੍ਰੀ ਵਾਹਿਗੁਰੂ, ਤੇ ਇਹ ਕੂੜੇ ਮਨ ਛੱਡ ਦੇ ਕਿਉਂ।